ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦਾ ਸਿਆਸੀ ਦ੍ਰਿਸ਼ ਇਸ ਕਰਕੇ ਬਹੁਤ ਦਿਲਚਸਪ ਹੋ ਗਿਆ ਕਿਉਂਕਿ ਜਲੰਧਰ ਪੱਛਮੀ ਦੀ ਜਿਹੜੀ ਚੋਣ ਹੈ, ਜ਼ਿਮਨੀ ਚੋਣ ਹੈ, ਇਹ ਭਗਵੰਤ ਮਾਨ ਜੀ ਦੇ ਮੁੱਛ ਦਾ ਸਵਾਲ ਬਣ ਗਈ ਹੈ। ਔਰ ਆਪ ਨੂੰ ਪਤਾ ਹੋਵੇਗਾ ਕਿ ਭਗਵੰਤ ਮਾਨ ਜੀ ਨੇ ਜਲੰਧਰ ਡੇਰੇ ਲਾ ਲਏ ਨੇ, 2 ਦਿਨ ਉਹ ਜਲੰਧਰ ਰਿਹਾ ਕਰਨਗੇ, ਇੱਕ ਕੈਂਟ ਦੇ ਵਿੱਚ ਇੱਕ ਉਹਨਾਂ ਨੇ ਕੋਠੀ ਕਿਰਾਏ 'ਤੇ ਲਈ ਹੋਈ ਹੈ, ਔਰ ਉਸ ਤੋਂ ਬਾਅਦ ਬਾਕੀ ਦਿਨ ਉਹ ਚੰਡੀਗੜ੍ਹ ਵਿੱਚ ਰਿਹਾ ਕਰਨਗੇ। ਹੁਣ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਜਿਹੜੀਆਂ ਵੋਟਾਂ ਮੰਗ ਰਹੇ ਹਾਂ ਉਹ ਅਸੀਂ ਵਿਕਾਸ ਦੇ ਨਾਂ 'ਤੇ ਮੰਗ ਰਹੇ ਹਾਂ, ਪਰ ਵਿਕਾਸ ਹੋਇਆ ਕਿੱਥੇ ਹੈ? ਦਾਅਵਾ ਇਹ ਕੀਤਾ ਗਿਆ ਕਿ 90% ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ, ਲੇਕਿਨ ਇਹ ਕੋਰਾ ਝੂਠ ਹੈ। ਔਰ ਇਹ ਵੀ ਝੂਠ ਹੈ ਕਿ 46,000 ਤੋਂ ਵੱਧ ਜਿਹੜੇ ਮੁਲਾਜ਼ਮ ਨੇ ਬੇਰੁਜ਼ਗਾਰ ਸੀਗੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ, ਯਾਨੀ ਉਹਨਾਂ ਨੂੰ ਮੁਲਾਜ਼ਮ ਬਣਾਇਆ ਗਿਆ, ਇਹ ਵੀ ਝੂਠ ਹੈ। ਕਿਉਂਕਿ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਉਹ ਨਿਯੁਕਤੀ ਪੱਤਰ ਜ਼ਿਆਦਾਤਰ ਫੇਕ ਸਾਬਤ ਹੋਏ ਨੇ, ਕਿਉਂਕਿ ਨਿਯੁਕਤੀਆਂ ਕਿੱਥੇ ਕੀਤੀਆਂ ਗਈਆਂ ਨੇ ਕੋਈ ਪਤਾ ਨਹੀਂ, ਉਹ ਵਿਚਾਰੇ ਡੱਬ ਡੱਬ ਵੱਜਦੇ ਫਿਰਦੇ ਨੇ। ਜਿੰਨੀਆਂ ਮੁਲਾਜ਼ਮ ਜਿੱਥੇ ਬੰਦੀਆਂ ਨੇ ਉਹ ਭਾਵੇਂ EETT ਜਿਹੜੇ ਅਧਿਆਪਕ ਨੇ ਜਾਂ ਫਿਰ ਹੋਰ ਜਿਹੜੀਆਂ ਜਥੇਬੰਦੀਆਂ ਨੇ ਵੱਖੋ ਵੱਖਰੀਆਂ ਮੁਲਾਜ਼ਮਾਂ ਦੀਆਂ, ਉਹ ਭਾਵੇਂ ਬਿਜਲੀ ਕਾਮੇ ਨੇ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਲੰਮੇ ਸਮੇਂ ਤੋਂ, ਜਾਂ ਬੇਰੁਜ਼ਗਾਰ ਅਧਿਆਪਕ ਨੇ ਜਾਂ ਆਂਗਨਵਾੜੀ ਵਰਕਰ ਨੇ, ਇਹ ਸਾਰਿਆਂ ਦੀਆਂ ਆਪੋ ਆਪਣੀਆਂ ਸਮੱਸਿਆਵਾਂ ਨੇ ਜਿਹੜੀਆਂ ਹੱਲ ਨਹੀਂ ਹੋਈਆਂ। ਜਦਕਿ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਸਾਡੀ ਜਦੋਂ ਸਰਕਾਰ ਆਈ ਅਸੀਂ ਉਸ ਵੇਲੇ ਕਿਸੇ ਨੂੰ ਧਰਨਾ ਲਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਕਿਉਂਕਿ ਅਸੀਂ ਮੰਗਾਂ ਉਹਨਾਂ ਦੀਆਂ ਅਗਾਉਂ ਹੀ ਮੰਨ ਲਵਾਂਗੇ। ਫਿਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡਾ ਮੂਲ ਮਨੋਰਥ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਦਾ, ਔਰ ਅਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ, ਕਿਰਤ ਦੀ ਅਸੀਂ ਕਦਰ ਕਰਾਂਗੇ। ਔਰ ਇਹ ਵੀ ਕਹਿੰਦੇ ਰਹੇ ਸੀ ਕਿ ਘਰ ਘਰ ਜਾ ਕੇ ਰਾਸ਼ਨ ਵੰਡਣ ਦੀ ਲੋੜ ਨਹੀਂ, ਘਰ ਘਰ ਰੁਜ਼ਗਾਰ ਦੇਣ ਦੀ ਲੋੜ ਹੈ, ਲੇਕਿਨ ਕੋਈ ਵੀ ਉਹਨਾਂ ਦਾ ਵਾਅਦਾ ਪੂਰਾ ਨਹੀਂ ਹੋਇਆ। ਜਿੱਥੋਂ ਤੱਕ ਬਿਜਲੀ ਬਿੱਲ ਫ੍ਰੀ ਦਾ ਸਵਾਲ ਹੈ, ਇਹ ਵੀ ਬਹੁਤ ਵੱਡਾ ਝੂਠ ਹੈ, ਕਿਉਂਕਿ ਲੋਕਾਂ ਦੇ 50,000-50,000 ਦੇ ਬਿੱਲ ਵੀ ਇਸ ਮੌਸਮ 'ਚ ਆ ਰਹੇ ਨੇ। ਔਰ ਜਿੱਥੋਂ ਤੱਕ ਨਿਰਵਿਘਨ ਬਿਜਲੀ ਸਪਲਾਈ ਕਰਨ ਦੀ ਗੱਲ ਸੀ, 6-6, 7-7 ਘੰਟੇ ਦੇ ਕੱਟ ਲੱਗਦੇ ਨੇ। ਜਲੰਧਰ 'ਚ ਬੀਤੀ ਰਾਤ 6 ਘੰਟੇ ਬਿਜਲੀ ਨਹੀਂ ਆਈ। ਤੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਲੋਕ ਵੇਖ ਰਹੇ ਨੇ। ਜੇ ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਮੈਂਬਰ ਆਗੂ ਨੇ ਉਹਨਾਂ ਦਾ ਇਹ ਕਹਿਣਾ ਸੱਚ ਹੋ ਜਾਵੇਗਾ ਕਿ ਭਗਵੰਤ ਮਾਨ ਦੀ ਕੁਰਸੀ ਚਲੀ ਜਾਵੇਗੀ। ਕਿਉਂਕਿ ਦਿੱਲੀ ਦੇ ਵਿੱਚ ਇਹ ਚਰਚਾ ਹੈਗੀ ਹੈ ਕਿ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਪੰਜਾਬ ਦੇ ਉਹ ਭਗਵੰਤ ਮਾਨ ਦੀ ਭੂਮਿਕਾ ਨੂੰ ਜਾਂ ਉਹਨਾਂ ਦੀ ਕਾਰਜਸ਼ੈਲੀ ਨੂੰ ਪਸੰਦ ਨਹੀਂ ਕਰ ਰਹੇ। ਉਹ ਕਹਿੰਦੇ ਨੇ ਕਿ ਇਹ ਨਾਟਕ ਜੇ ਕਰੀ ਜਾਂਦੇ ਨੇ, ਫੁਕਰਾਪੰਥੀਆਂ ਕਰੀ ਜਾਂਦੇ ਨੇ, ਵੱਡੇ ਵੱਡੇ ਵਾਅਦੇ ਕਰੀ ਜਾਂਦੇ ਨੇ, ਔਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ ਕਿ ਉਸ ਬਿਆਨਬਾਜ਼ੀ 'ਚ ਕੋਈ ਸਦਾਕਤ ਨਹੀਂ ਹੁੰਦੀ ਔਰ ਕੋਈ ਗੰਭੀਰਤਾ ਨਹੀਂ ਹੁੰਦੀ, ਜਿਸ ਕਰਕੇ ਲੋਕ ਇਹਨਾਂ ਨਾਲੋਂ ਮਤਲਬ ਟੁੱਟ ਗਏ ਨੇ ਔਰ ਇਹਨਾਂ ਨੂੰ ਲਤੀਫੇਬਾਜ਼ ਜਾਂ ਮਸਕਰੇਬਾਜ਼ੀ ਦੇ ਵਿੱਚ ਮਾਹਰ ਕਹਿਣ ਲੱਗ ਪਏ ਨੇ। ਜਲੰਧਰ ਜ਼ਿਮਨੀ ਚੋਣ ਜਿਹੜੀ ਹੈ ਉਹ ਇਸ ਕਰਕੇ ਆਮ ਆਦਮੀ ਪਾਰਟੀ ਸ਼ਾਇਦ ਨਾ ਜਿੱਤ ਸਕੇ ਕਿਉਂਕਿ ਲੋਕ ਸਭਾ ਚੋਣਾਂ 'ਚ ਜਿਹੜਾ ਪੱਛਮੀ ਖੇਤਰ ਹੈ ਇਹ ਜਿੱਥੇ ਜ਼ਿਮਨੀ ਚੋਣ ਹੋ ਰਹੀ ਹੈ, ਇੱਥੇ ਜਿਹੜੇ ਕਾਂਗਰਸ ਦੇ ਉਮੀਦਵਾਰ ਸੀ ਚਰਨਜੀਤ ਸਿੰਘ ਚੰਨੀ ਉਹ 1575 ਵੋਟਾਂ ਨਾਲ ਵੱਧ ਮਤਲਬ ਇੱਥੋਂ ਮਿਲੀਆਂ ਸੀ ਉਹਨਾਂ ਨੂੰ, ਭਾਵੇਂ ਇਹ ਵੋਟ ਪ੍ਰਤੀਸ਼ਤ ਜਾਂ ਇਹ ਵੋਟ ਗਿਣਤੀ ਘੱਟ ਸੀਗੀ, ਲੇਕਿਨ ਗੱਲ ਇਹ ਹੈਗੀ ਹੈ ਕਿ ਜੇ ਡੇਰਾ ਬੱਲਾਂ ਐਤਕੀ ਵੀ ਹੁਕਮਨ ਇਹ ਕਹਿੰਦੇ ਨੇ ਕਿ ਕਾਂਗਰਸ ਨੂੰ ਵੋਟਾਂ ਪਾਓ ਤਾਂ ਫਿਰ ਕਾਂਗਰਸ ਦਾ ਉਮੀਦਵਾਰ ਹੀ ਜਿੱਤੇਗਾ। ਭਾਵੇਂ ਕਈ ਲੋਕ ਕਹਿ ਰਹੇ ਨੇ ਕਿ ਕਾਂਗਰਸ ਨੇ ਆਪ ਦੇ ਮੁਕਾਬਲੇ ਕਮਜ਼ੋਰ ਉਮੀਦਵਾਰ ਖੜ੍ਹਾ ਕੀਤਾ, ਲੇਕਿਨ ਇਹ ਹੈ ਕਿ ਕਾਂਗਰਸ ਨੇ ਜਿਹੜਾ ਉਮੀਦਵਾਰ ਖੜ੍ਹਾ ਕੀਤਾ ਉਹਦੇ 'ਤੇ ਦਲ ਬਦਲੂ ਵਾਲਾ ਕੋਈ ਕਲੰਕ ਨਹੀਂ ਹੈ। ਤੋ ਕੁੱਲ ਮਿਲਾ ਕੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਫੈਲਾਅ ਹੋਇਆ, ਹਰ ਰੋਜ਼ ਖਬਰ ਆਉਂਦੀ ਹੈ 1 ਨੌਜਵਾਨ ਮਰ ਗਿਆ, 2 ਮਰ ਗਏ, ਜਿਹੜਾ ਪਿੱਛੇ ਜਿਹੇ ਡਰਾਮਾ ਕੀਤਾ ਗਿਆ ਪੁਲਿਸ ਵਾਲਿਆਂ ਵੱਲੋਂ ਕਿ ਜੀ ਘਰਾਂ 'ਚ ਆ ਕੇ ਤਲਾਸ਼ੀਆਂ ਲਈਆਂ ਗਈਆਂ, ਕਿਸੇ ਦੇ ਗਦੈਲੇ ਫਰੋਲਣ ਲੱਗ ਗਏ, ਕਿਸੇ ਦੇ ਪਾਵੇ 'ਚੋਂ 2 ਮਤਲਬ ਚੁਟਕੀਆਂ ਕੱਢ ਲਈਆਂ ਚਿੱਟੇ ਦੀਆਂ, ਔਰ ਬੜਾ ਮਤਲਬ ਉਹਨੂੰ ਹੁੱਬ ਕੇ ਪ੍ਰਚਾਰਿਆ ਗਿਆ ਕਿ ਜੀ ਬਹੁਤ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਸ਼ੁਰੂ ਤੋਂ ਹੀ ਇਹ ਕਿਹਾ ਜਾ ਰਿਹਾ, ਪਰ ਉਹ ਵਾਅਦਾ ਕੀਤੇ ਗਿਆ ਜਿਹਦੇ 'ਚ ਇਹ ਕਿਹਾ ਗਿਆ ਸੀ ਕਿ 3 ਮਹੀਨਿਆਂ ਦੇ ਵਿੱਚ ਅਸੀਂ ਨਸ਼ਿਆਂ ਦੀ ਜਿਹੜੀ ਸਪਲਾਈ ਹੈ ਇਹ ਬੰਦ ਕਰ ਦਿਆਂਗੇ ਔਰ ਪੰਜਾਬ ਵਿੱਚੋਂ ਨਸ਼ੇ ਮੁਕੰਮਲ ਤੌਰ 'ਤੇ ਖਤਮ ਕਰ ਦਿਆਂਗੇ। ਪਰ ਪਿੱਛੇ ਜੇ ਇਹਨਾਂ ਦੇ ਆਪਣੇ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਕਹਿ ਕੇ
ਪੰਜਾਬ ਸਰਕਾਰ ਦੀ ਖੁੰਮ ਠੱਪ ਦਿੱਤੀ ਕਿ ਤੁਹਾਡਾ ਜਿਹੜਾ ਰਾਘਵ ਚੱਡਾ ਹੈ ਅੰਮ੍ਰਿਤਸਰ ਵਿੱਚ ਨਸ਼ੇ ਵਿਕਵਾ ਰਿਹਾ ਔਰ ਉਹਦੇ ਵਿੱਚ ਇੱਕ DSP ਅਤੇ ਇੱਕ SSP ਮੁਲਵਿਸ ਹੈ, ਉਹਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਫਿਰ ਇੱਕ ਹੋਰ ਘਟਨਾਕ੍ਰਮ ਹੈ ਕਿ 10,000 ਮੁਲਾਜ਼ਮਾਂ ਦੀ ਜਦੋਂ ਬਦਲੀ ਕੀਤੀ ਗਈ ਤਾਂ ਭਗਵੰਤ ਮਾਨ ਜੋ ਕਿ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਬਿਆਨ ਆਇਆ ਸੀਗਾ ਕਿ ਜਿਹੜੇ ਦਾਗੀ ਕਿਸਮ ਦੇ ਲੋਕ ਸੀਗੇ ਯਾਨੀ ਮੁਲਾਜ਼ਮ ਸੀ ਜਿਨ੍ਹਾਂ ਬਾਰੇ ਸਾਨੂੰ ਪਤਾ ਸੀਗਾ ਕਿ ਇਹ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਿਲ ਨੇ ਜਾਂ ਇਹ ਨਸ਼ੇ ਵੇਚਣ ਵਿੱਚ ਸਹਾਇਕ ਬਣਦੇ ਨੇ, ਤਾਂ ਇਹ ਤਾਂ ਅਸੀਂ ਕੀਤੀਆਂ ਗਈਆਂ। ਲੇਕਿਨ ਦੂਜੇ ਦਿਨ ਹੀ ਫਿਰ ਬਿਆਨ ਆ ਗਿਆ DGP ਸਾਹਿਬ ਦਾ ਕਿ ਨਹੀਂ, ਇਹ ਤਾਂ ਐਡਮਿਨਿਸਟ੍ਰੇਟਿਵ ਸਾਡਾ ਇੱਕ ਕਹਿ ਲਓ ਕਾਰਵਾਈ ਸੀਗੀ ਤਾਂ ਕੀਤੀਆਂ ਗਈਆਂ, ਯਾਨੀ ਦੋਨਾਂ ਦੇ ਵਿੱਚ ਯਕਜਹਿਤੀ ਨਹੀਂ ਹੈ। ਤਾਂ ਕੁੱਲ ਮਿਲਾ ਕੇ ਇਹ ਨਸ਼ੇ ਜਿਹੜੇ ਨੇ ਬੰਦ ਨਹੀਂ ਹੋ ਸਕਦੇ ਕਿਉਂਕਿ ਇਹ ਅਰਬਾਂ ਦਾ ਕਾਰੋਬਾਰ ਹੈ।